सत श्री अकाल जी सारिआं नूं। अज दी वीडियो च मैं बनाई हैगी है देखो अलसी दीआं पिन्नियां, बहुत टेस्टी पिन्नी बनियां, बहुत हैल्दी होंदियां ने सर्दियों के जिहड़ियां हैगियां, ये बहुत ही हैल्दी चीज़ आ। हड्ड गोडे दुखदे होण जिन्हां दे थोड़ी जी जिहड़ी एज हो जांदी ते जरूर खांदे ने बना के सर्दियों के विच। ये तुसीं बनाओ ते अपने फिर दस्सो तुसीं किद्दां दे बणे तुहाडे। सब तो पहले चैनल करो सबसक्राइब, तो नाल नाल जिहड़ी छोटी जी बैल हैगी उहनूं प्रेस कर लो। तो अपना चलते हैं वीडियो वाल तो देखते हैं आप किद्दां बनाई है की समान लिया। सब पहला मैं कड़ाही चवाऊंगी देसी घ्यो, ये गां का देसी घी हैगा, ये जड़ा मर्जी पा सकते हो, ये गां का पाया मैं। बाकी ये थोड़ा जहा बाद पाऊंगी, थोड़ा जहा पाया पहले बहुता नहीं पाया है, चुप बादाम और काजू थोड़े जे फ्राई कर लेंगे। बादाम मेरे कटे हुए बादाम से थोड़े जे मैं कर लिया बिच पा के, फटाफट ही कढ़ लेने, बहुत देर नहीं लाउणी क्योंकि सड़न का डर होंदा इन्हां दा, क्योंकि गैस भी घटती तां भी हो रहे, बहुत जल्दी जल्दी फटाफट कढूंगी उन्हां मैं। हुण कर लूँगी काजू, काजू नूं भी थोड़ा जिहा भुन लैणा, इदां ही तेल ठंडा हो गया थोड़ा जिहा, देखो हो गए इहनूं, हुण आपां फिर इहनां नूं फटाफट कढ लाँगे विच्चों, क्योंकि बहुत सॉफ्ट जी चीज़ां होंदियां ने ते बहुत जल्दी चल के काली हो जांदियां, फटाफट का प्रोसैस होंदा है। गैस तुसीं घट रखनी हैगी बहुत, जिहड़ी हीट आ उह ज़्यादा नहीं होनी चाहिए, इहदे नाल आपां चवाले होर घिओ ते चवाता तेल, सॉरी आटा, कणक दा आटा पाया आपां, घिओ पा के जिवें एक कप अलसी सी मेरी ना 1.5 कप, 3 कप आटा पाता इहदे विच मैं, इन्नी कु बणाईआं ने तुसीं, बाकी अपने हिसाब नाल पा सकदे हो, मैं जिन्नी अलसी उस तों डबल आटा पाया आ, ਤੁਸੀਂ ਆਪਣਾ ਜੋ ਵੱਧ ਘੱਟ ਵੀ ਕਰ ਸਕਦੇ ਹੋ, ਤੁਹਾਨੂੰ ਸ਼ੌਕ ਆ ਇਹ। ਇਹਨੂੰ ਹੁਣ ਆਟੇ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈਗਾ ਆ, ਆਟਾ ਭੁੰਨਣ ਦਾ ਪ੍ਰੋਸੈਸ ਜਿਹੜਾ ਬਹੁਤ ਵਧੀਆ ਰੱਖਣਾ ਹੈ, ਚੰਗੀ ਤਰ੍ਹਾਂ ਆਟਾ ਭੁੰਨਣਾ, ਜਦੋਂ ਆਟੇ ਦੇ ਵਿੱਚ ਥੋੜ੍ਹੀਆਂ ਬੁਲਬਲੇ ਜਿਹੇ ਉੱਠਣ ਲੱਗ ਜਾਂਦੇ ਨਾ, ਆਟਾ ਹਲਕਾ ਹਲਕਾ ਜਿਹਾ ਹੋ ਜਾਂਦਾ, ਬਹੁਤ ਲਾਈਟ ਜਿਹਾ ਫੁੱਲ ਜਿਹਾ ਜਾਂਦਾ, ਉਹ ਸਮਝੋ ਆਟਾ ਭੁੰਨ ਗਿਆ, ਕਲਰ ਇਹ ਥੋੜ੍ਹਾ ਚੇਂਜ ਹੋ ਜਾਂਦਾ, ਅਤੇ ਸਮੇਂ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈ, ਅਤੇ ਫਿਰ ਜਦੋਂ ਭੁੱਜ ਜਾਂਦਾ ਆ ਇਹ। ਇਹਨੂੰ ਹਿਲਾਉਂਦੇ ਰਹਿਣਾ, ਇੱਕ ਪਾਸੇ ਲੱਗੇ ਨਾ ਉਸ ਨੇ ਜਲਦੀ ਜਲਦੀ ਹਿਲਾਈ ਜਾਣਾ। ਇਹ ਹੈਗੀ ਆ ਮੇਰੀ ਅਲਸੀ, ਅਲਸੀ ਦਾਣੇ ਆ ਦੇਖੋ, ਇਹ ਰੋਸਟਡ ਆ, ਇਹ ਤੁਸੀਂ ਜੇ ਰੋਸਟ ਨਹੀਂ ਹੈ ਕਿ ਤੁਸੀਂ ਰੋਸਟ ਕਰ ਲੈਣੇ ਆ ਕੜਾਹੀ ਦੇ ਵਿੱਚ ਪਾ ਕੇ, ਪਹਿਲਾਂ ਵੀ ਰੋਸਟਡ ਖਰੀਦੇ ਹੋਏ ਆ ਇਹ, ਨਹੀਂ ਤਾਂ ਇਹਨੂੰ ਦੂਸਰੇ ਲੈ ਕੇ ਆਪਾਂ ਕੜਾਹੀ ਦੇ ਵਿੱਚ ਉਹਨੂੰ ਸੁੱਕੇ ਭੁੰਨ ਲੈਂਦੇ ਹਾਂ। ਹੁਣ ਇਹਨੂੰ ਮੈਂ ਪੀਹ ਲਿਆ ਮਿਕਸੀ ਵਿੱਚ ਪਾ ਕੇ, ਦੇਖੋ ਇਹਨੂੰ ਮੈਂ ਦਰਦਰਾ ਪੀਸ ਲਿਆ ਥੋੜ੍ਹਾ ਜਿਹਾ ਅਲਸੀ ਨੂੰ, ਇਸ ਤੋਂ ਬਾਅਦ ਪੀਸੂੰਗੀ ਬਦਾਮ, ਆ ਬਦਾਮ ਅਤੇ ਕਾਜੂ ਵਿੱਚ ਪਾ ਲਏ ਮੈਂ, ਇਹਦੇ ਇਹਨਾਂ ਨੂੰ ਥੋੜ੍ਹਾ ਦਰਦਰਾ ਪੀਸ ਲਾਂਗੇ, ਪੀਸ ਕੇ ਫਿਰ ਆਪਾਂ ਇਹਨੂੰ ਵਿੱਚ ਪਾਵਾਂਗੇ ਉਹਦੇ। ਦੇਖੋ ਬਦਾਮ ਅਤੇ ਕਾਜੂ ਪੀਸੇ ਗਏ, ਮੇਰੀ ਅਲਸੀ ਪੀਸੀਗੀ, ਬਾਕੀ ਤੁਸੀਂ ਹੋਰ ਜਿਹੜਾ ਡਰਾਈ ਫਰੂਟ ਪਾਉਣਾ ਹੋਰ ਵੀ ਪਾ ਸਕਦੇ ਹੋ, ਤੁਹਾਡੀ ਖੁਸ਼ੀ ਆ, ਮੈਂ ਇਹੀ ਦੋ ਚੀਜ਼ਾਂ ਪਾਈਆਂ, ਤੁਸੀਂ ਹੋਰ ਵੀ ਆਪਣੇ ਡਰਾਈ ਫਰੂਟ ਮਗਜ ਵਗੈਰਾ ਪਾ ਸਕਦੇ ਹੋ, ਗੋਂਦ ਪਾ ਸਕਦੇ ਹੋ, ਅਤੇ ਜਿਹੜੇ ਦੂਸਰੀ ਹੁੰਦੀ ਹਲਕੇ ਜਿਹੇ ਫੁੱਲ ਮਖਾਣੇ ਉਹ ਪਾ ਸਕਦੇ ਹਾਂ। ਇਹ ਹੈਗੀ ਸ਼ੱਕਰ, ਸ਼ੱਕਰ ਲਈ ਆ ਮੈਂ ਇਹਦੇ ਵਿੱਚ 2 ਕੱਪ, 1.5 ਕੱਪ ਸ਼ੱਕਰ ਲਿਆ ਆ, 2 ਕੱਪ ਆਟਾ, 1.5 ਕੱਪ ਸ਼ੱਕਰ ਦਾ ਲਿਆ ਮੈਂ, ਆਟਾ ਦੇਖੋ ਭੁੱਚ ਲਿਆ ਚੰਗੀ ਤਰ੍ਹਾਂ, ਇਹ 'ਚ ਪਾਤੀ ਹੁਣ ਅਲਸੀ, ਅਲਸੀ ਜਿਹੜੀ ਪੀਸ ਕੇ ਰੱਖੀ ਉਹਦੇ ਵਿੱਚ ਪਾਤੀ ਆਪਾਂ ਨੇ, ਇਹਨੂੰ ਨਾਲ ਥੋੜ੍ਹੀ ਦੇਰ ਭੁੰਨ ਲੈਣਾ ਚੰਗੀ ਤਰ੍ਹਾਂ, ਹਾਂ ਦੇਖੋ ਅਲਸੀ ਨੂੰ ਭੁੰਨ ਕੇ ਥੋੜ੍ਹਾ ਜਿਹਾ, ਚੰਗੀ ਤਰ੍ਹਾਂ ਨਾਲ ਨਾਲ ਭੁੰਨ ਕੇ ਇਹਨੂੰ ਹਿਲਾਉਣਾ ਬਹੁਤ ਚੰਗੀ ਤਰ੍ਹਾਂ ਆ, ਜ਼ੋਰ ਦੇ ਨਾਲ ਹਿਲਾ ਕੇ ਅਲਸੀ ਭੁੰਨ ਕੇ ਚਵਾਵਾਂਗੇ ਆਪਾਂ, ਫਿਰ ਸ਼ੱਕਰ ਬਦਾਮ ਵਗੈਰਾ ਪਾ ਦਾਂਗੇ ਨਾਲ ਹੀ, ਜਿਹੜੇ ਹੈਗੇ ਬਦਾਮ ਕੱਟੇ ਸੀ ਮੇਰੇ ਕੁੱਟ ਕੇ ਪੀਸੇ ਆ ਜਿਹੜੇ, ਮੈਂ ਵੀ ਪਾ ਦੇਣੇ ਨਾਲ ਨਾਲ, ਬਦਾਮ ਵੀ ਦੇਖੋ ਪਾਤੇ ਆ, ਕਾਜੂ ਬਦਾਮ ਜਿਹੜੇ ਹੈਗੇ ਜੇ ਵੀ ਪਾਤੇ ਵਿੱਚ, ਇਹਨਾਂ ਨੂੰ ਵੀ ਰਲਾ ਲੈਣਾ ਆ, ਪਾਤੀ ਆਪਾਂ ਸ਼ੱਕਰ, ਸ਼ੱਕਰ ਹੁਣ ਗਰਮ ਗਰਮ ਦੇ ਵਿੱਚ ਪਾਉਣੀ, ਗੈਸ ਕਰਤੀ ਹੋਈ ਬੰਦ ਆਪਾਂ ਨੇ, ਥੋੜ੍ਹੀ ਜਿਹੀ ਠੰਡੀ ਹੋਊਗੀ ਤਾਂ ਚਲਾ ਵੀ ਲਵਾਂਗੇ, ਪਰ ਗੈਸ ਬੰਦ ਕਰ ਗਰਮ ਗਰਮ ਦੇ ਵਿੱਚ ਚੰਗੀ ਤਰ੍ਹਾਂ ਲਾ ਲੈਣਾ, ਕਿਉਂਕਿ ਸ਼ੱਕਰ ਜਿਹੜੀ ਥੋੜ੍ਹੀ ਮੈਲਟ ਹੋ ਜਾਵੇ, ਲੱਡੂ ਆਪਣੇ ਫਿਰ ਆਰਾਮ ਨਾਲ ਬਣ ਜਾਣਗੇ। ਸ਼ੱਕਰ ਨੂੰ ਕਈ ਵਾਰ ਪਾਣੀ ਬਣਾ ਕੇ ਤੁਸੀਂ ਪਾ ਕੇ ਥੋੜ੍ਹੀ ਚਾਸ਼ਨੀ ਬਣਾ ਲੈਂਦੇ, ਪਰ ਮੈਂ ਪਾਣੀ ਨਹੀਂ ਪਾਇਆ ਹੈਗਾ, ਮੈਂ ਇੱਦਾਂ ਹੀ ਬਣਾਈ ਹੈ ਇਹ, ਥੋੜ੍ਹਾ ਜਿਹਾ ਘਿਓ ਆਪਾਂ ਪਾ ਲਾਂਗੇ ਹੋਰ ਜੇ ਘਟੂਗਾ ਤਾਂ, ਨਹੀਂ ਤਾਂ ਇੱਦਾਂ ਹੀ ਬਣ ਜਾਣੀ ਪਿੰਨੀ ਬਣੇ ਆਰਾਮ ਨਾਲ, ਤੋ ਮੈਲਟ ਹੋ ਗਈ ਅਤੇ ਜੋੜਨ ਲੱਗ ਗਈ ਆ ਇਹ। ਥੋੜ੍ਹਾ ਠੰਡਾ ਕਰਕੇ ਬਣਾਵਾਂਗੇ ਪਿੰਨੀਆਂ ਇਹਦੀਆਂ,
हो गया रेडी है, तकरीबन पंजीरी बन गई अपनी, एक बहुत टेस्ट लग रही है। आटा पूरी तरह भुज गया हुआ, आटे में तुम भुनना होता पूरी तरह। हम दबा दबा के लड्डू बना ले, देखो लड्डू बना के सारे आप चिण के रख लाँगे। लड्डू के अपने तैयार, तुम भी जरूर इतना बनाओ, तो अपना एक्सपीरियंस जरूर दसो, थोड़े कि बने हैं। मिलते बहुत जल्दी नवी वीडियो के नाल, चैनल जरूर सब्सक्राइब कर लो। हद तक बाय बाय।